ਪੰਜਾਬ ਦੀ ਸਿਆਸੀ ਫੀਜ਼ਾ ਦੇ ਵਿੱਚ ਆਏ ਦਿਨ ਕੋਈ ਨਾ ਕੋਈ ਨਵੀਂ ਗਤੀਵਿਧੀ ਹੋ ਰਹੀ ਹੈ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਬਕਾਇਦਾ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਦੋ ਹੋਰ ਉਮੀਦਵਾਰ ਮੈਦਾਨ ਦੇ ਵਿੱਚ ਤਾਰ ਦਿੱਤੇ ਜਾਂਦੇ ਨੇ ਔਰ ਇਸੇ ਦੇ ਦੌਰਾਨ ਬੇਗੰਪੂਰਾ ਖਾਲਸਾ ਰਾਜ ਪਾਰਟੀ ਦੇ ਜਿਹੜੇ ਕਰਤਾ ਧਰਤਾ ਮੰਨੇ ਜਾਂਦੇ ਨੇ ਗੁਰਿੰਦਰ ਸਿੰਘ ਬਾਜਵਾ ਗਰਦਾਸਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨਾਲ ਮਿਲ ਕੇ ਚੋਣ ਮદાન ਚ ਨਿਤਰੇ ਨੇ ਤੇ ਉਹਨਾਂ ਨੂੰ ਕਿੰਨਾ ਹੰਗਾਰਾ ਲੋਕ ਦੇਣਗੇ ਤਾਂ ਲੋਕਾਂ ਨੇ ਤੈਅ ਕਰਨਾ ਹੈ ਗਰਦਾਸਪੁਰੀਆਂ ਨੇ ਪਰ ਸਾਡੇ ਨਾਲ ਖੜੇ ਆ ਉਹਨਾਂ ਨਾਲ ਅਸੀਂ ਗੱਲ ਕਰਾਂਗੇ ਕਿ ਇਹਨਾਂ ਦਾ ਚੋਣ ਐਜੰਡਾ ਇਹਨਾਂ ਦਿਨਾਂ ਦੇ ਵਿੱਚ ਕੀ ਰਹਿਣ ਵਾਲਾ ਲੋਕ ਸਭਾ ਚੋਣ ਵਾਏਵਾ ਸਾਹਿਬ ਤੁਸੀਂ ਲੰਬੇ ਸਮੇਂ ਤੋਂ ਸਿੱਖ ਹਲਕਿਆਂ 'ਚ ਪੰਥਕ ਮਸਲਿਆਂ ਦੇ ਉੱਤੇ ਬੋਲਦੇ ਵੀ ਰਹੇ ਹਾਂ ਤੇ ਕੰਮ ਵੀ ਕਰਦੇ ਰਹੇ ਹਾਂ ਤੁਹਾਡਾ ਪਛੋਕੜ ਹੈ ਜਿਹੜਾ ਉਹ ਵੀ ਸਾਰੇ ਜਾਣਦੇ ਆ ਕਿ ਕਿਵੇਂ ਤੁਹਾਡੇ ਪੁਰਖਿਆਂ ਤੋਂ ਲੈ ਕੇ ਹੁਣ ਤੱਕ ਤੁਸੀਂ ਕੀ ਕੀ ਕੀਤਾ ਕੀ ਕੀ ਕਰਨਾ ਲੋਚਦੇ ਹੋ ਪਰ ਅੱਜ ਦੀ ਘੜੀ ਦੇ ਵਿੱਚ ਜਿੱਥੇ ਖੜੀ ਹੈ ਸਿਆਸਤ ਪੰਜਾਬ ਦੀ ਉਸ ਦੇ ਵਿੱਚੋਂ ਤੁਹਾਡਾ ਅੱਗੇ ਨਿਕਲਣਾ ਸਫਲ ਹੋਣਾ ਤੁਹਾਨੂੰ ਕਿੰਨਾ ਕੋ ਔਖਾ ਜਾਂ ਚੁਣੌਤੀ ਭਰਿਆ ਲੱਗ ਰਿਹਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਦੇਖੋ ਅਸੀਂ ਪਿੰਡਾਂ ਚ ਪਿਛਲੇ 10 ਦਿਨਾਂ ਤੋਂ ਫਿਰ ਰਹੇ ਆ ਤੇ ਲੋਕ ਪੰਜਾਬ ਦੇ ਇਹ ਸਾਰੀਆਂ ਹੀ ਪਾਰਟੀਆਂ ਤੋਂ ਬਹੁਤ ਦੁਖੀ ਨੇ ਪਹਿਲੋ ਤੇ ਤਿੰਨ ਪਾਰਟੀਆਂ ਜਿਹੜੀਆਂ ਰਵਾਇਤੀ ਪਾਰਟੀਆਂ ਸੀ ਕਾਂਗਰਸ ਅਕਾਲੀ ਦਲ ਤੇ ਭਾਜਪਾ ਇਹਨਾਂ ਤੋਂ ਲੋਕ ਦੁਖੀ ਸਨ ਤੇ ਲੋਕਾਂ ਨੇ ਲੋਕਾਂ ਨੇ ਆਪਣੇ ਨਵੀਂ ਪਾਰਟੀ ਜਿਹੜੀ ਹੈ ਆਮ ਆਦਮੀ ਪਾਰਟੀ ਉਹਦੇ 92 ਉਮੀਦਵਾਰ ਜਿਤਾ ਕੇ ਤੇ ਬਹੁਤ ਵੱਡਾ ਇਹਨੂੰ ਹੰਗਾਰਾ ਦਿੱਤਾ ਪਰ ਅੱਜ ਜਦੋਂ ਅਸੀਂ ਪਿੰਡਾਂ 'ਚ ਜਾਂਦੇ ਆਂ ਦੇਖਦੇ ਆਂ ਕਿ ਇਹਨਾਂ ਤੋਂ ਵੀ ਲੋਕ ਜਿਹੜੇ ਨੇ ਉਹ ਬਹੁਤ ਦੁਖੀ ਨੇ ਇਹਨਾਂ ਨੇ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਸੀ ਪੰਜਾਬ ਦੇ ਲੋਕਾਂ ਨਾਲ ਕਿ ਅਸੀਂ ਇੱਕ ਨਵਾਂ ਬਦਲਾਅ ਲਿਆਦਾਗੇ ਪਰ ਅੱਜ ਵੇਖ ਲਓ ਕਿ ਇਹ ਜਿੱਥੇ ਵੀ ਜਾਂਦੇ ਨੇ ਇਹਨਾਂ ਦੇ ਕੈਂਡੀਡੇਟ ਕਿਸਾਨ ਜਿਹੜੇ ਨੇ ਉਹ ਇਹਨਾਂ ਦਾ ਕਰਾਉ ਕਰ ਰਹੇ ਨੇ ਐਮ ਐਸ ਪੀ ਜਿਹੜੀ ਸੀ ਉਹਦੇ ਤੋਂ ਚੀਫ ਮਿੰਸਟਰ ਸਾਹਿਬ ਦੋ ਦਿਨ ਪਹਿਲੋ ਕੋਰੀ ਨਾ ਕਰਤੀ ਕਿ ਅਸੀਂ ਐਮ ਐਸ ਪੀ ਨਹੀਂ ਦੇ ਸਕਦੇ ਤੇ ਇਹਨਾਂ ਨੇ 22 ਦੀਆਂ ਇਲੈਕਸ਼ਨਾਂ ਤੋਂ ਪਹਿਲੋ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਸਾਰੀਆਂ ਫਸਲਾਂ ਤੇ ਅਸੀਂ ਐਮ ਐਸ ਪੀ ਦਵਾਗੇ ਤੇ ਹੁਣ ਜਦੋਂ ਇਹਨਾਂ ਨੇ ਕੋਰੀ ਨਾ ਕਰਤੀ ਹੈ ਤੇ ਕਿਸਾਨਾਂ ਚ ਬਹੁਤ ਵੱਡਾ ਰੋਹ ਏ ਇਸੇ ਤਰ੍ਹਾਂ ਹੋਰ ਵੀ ਜਿਹੜੇ ਇਹਨਾਂ ਨੇ ਇਹਨੇ ਨੇ ਵੱਡੇ ਵਾਅਦੇ ਕੀਤੇ ਸੀ ਉਹ ਉਸੇ ਤਰ੍ਹਾਂ ਹੀ ਕਰੇ ਨੇ ਪੰਜਾਬ ਨੂੰ ਇਹ 60 ਹਜ਼ਾਰ ਕਰੋੜ ਰੁਪਇਆ ਇਹਨਾਂ ਨੇ ਦੋ ਸਾਲਾਂ ਜਿਹੜਾ ਹੈ ਉਹ ਲੋਨ ਲੈ ਲਿਆ ਤੁਸੀਂ ਦੂਜੀਆਂ ਪਾਰਟੀਆਂ ਦੀ ਧਗਣਾਤੀਆਂ ਗੱਲਾਂ ਹੈ ਤਾਂ ਅਸੀਂ ਜਿਹੜੇ ਸੀਟ ਤੋਂ ਹੁਣ ਚੋਣ ਮદાન ਚ ਨਿਤਰੀਓ ਗੁਰਦਾਸਪੁਰੀਆਂ ਵਾਲੀ ਉਹ ਕਹਿੰਦੇ ਕਿ ਜਿਆਦਾ ਐਕਟਰ ਤੇ ਕਲਾਕਾਰ ਬੜੇ ਖਾ ਵੀ ਰਹੇ ਆ ਉਸ ਸੀਟ ਦੇ ਉੱਤੇ ਸਣੀ ਦੇਵਾਲ ਦੇ ਪਿਛਲੇ 5 ਸਾਲਾਂ ਚ ਕੀ ਕੁਝ ਹੁੰਦਾ ਰਿਹਾ ਸਾਰੇ ਜਨਤਾ ਜਾਣਦੀ ਹੈ ਪਰ ਤੁਸੀਂ ਕਿੰਨੀ ਵਾਰੀ ਦਰਸ਼ਨ ਕੀਤੇ ਹੈ ਗੁਰਦਾਸਪੁਰ ਉਹਨਾਂ ਦੇ ਦੇਖੋ ਮੈਂ ਤੇ ਉਹਨੂੰ ਇੱਕ ਵਾਰ ਵੀ ਨਹੀਂ ਮਿਲਿਆ ਨਾ ਅਸੀਂ ਕਦੇ ਭਾਜਪੀ ਨੂੰ ਉਹਨਾਂ ਨਾਲ ਖੜੇ ਤੇ ਨਾ ਹੀ ਉਹ ਕਦੇ ਆਇਆ ਜਦੋਂ ਜਿੱਤਨ ਤੋਂ ਬਾਅਦ ਮੇਰਾ ਨਹੀਂ ਖਿਆਲ ਕੋਈ ਇੱਕ ਅਦਾ ਉਹਨੇ ਚੱਕਰ ਲਾਇਆ ਜਾਂ ਕਿਤੇ ਇੱਕ ਦੀਵਾਰ ਫਿਰਨ ਤੁਰਨ ਆ ਗਿਆ ਹੋਏ ਉਹ 5 ਸਾਲ ਉੱਥੇ ਨਹੀਂ ਵੜਿਆ ਤੇ ਹੁਣ ਪੰਜਾਬ ਦੇ ਲੋਕ ਜਿਹੜੇ ਭਾਜਪੀ ਤੋਂ ਬਹੁਤ ਔਖੇ ਨੇ ਕਿ ਇਹ बार-बार ਜਿਹੜੀ ਹੈ ਉਹ ਪਹਿਲੋ ਵਿਨੋਦ ਖੰਨੇ ਨੂੰ ਲੈ ਸੀ ਮੁੜ ਕੇ ਨਾਨ ਸੰਨੀ ਦੇਵ ਨੂੰ ਲੈਣ ਦਾ ਕਿ ਬਾਰ-ਬਾਰ ਬਾਹਰੋਂ ਕੈਂਡੀਡੇਟ ਇਹਨਾਂ ਨੇ ਲਿਆ ਕੇ ਤੇ ਇਹ ਸਾਡੀਆਂ ਵੋਟਾਂ ਲੈ ਕੇ ਤੇ ਮੁੜ ਕੇ ਬਾਤ ਨਹੀਂ ਪੁੱਛਦੇ ਇਸ ਕਰਕੇ ਤੇ ਉਹਨਾਂ ਨੂੰ ਵੀ ਲੱਗਿਆ ਕਿ ਹੁਣ ਬਾਹਰਲੇ ਦੀ ਬੁੱਕਤ ਨਹੀਂ ਪੈਣੀ ਤੇ ਉਹਨਾਂ ਨੇ ਉੱਥੋਂ ਹੀ ਦਿਨੇਸ਼ ਬੂਨੋ ਟਿਕਟ ਦੇ ਦਿੱਤੀ ਉਹ ਤੇ ਪਹਿਲਾਂ ਉੱਥੇ ਕਹਿੰਦੇ ਵੀ ਚੰਗਾ ਰਸੂਖ ਰੱਖਦੇ ਆ ਆਪਣੇ ਹਲਕੇ ਦੇ ਅੰਦਰ ਇਸੇ ਕਰਕੇ ਕਹਿੰਦੇ ਇਸ ਵਾਰੀ ਤੁਸੀਂ ਲੜੋ ਚੋਣ ਦੇਖੋ ਬੀਜੇਪੀ ਤੋਂ ਬਹੁਤ ਕਿਸਾਨ ਜਿਹੜੇ ਆ ਬਹੁਤ ਔਖੇ ਨੇ ਇਹਨਾਂ ਦੀ ਆ ਪੰਜਾਬ ਮਾਰੂ ਤੇ ਕਿਸਾਨ ਮਾਰੂ ਜਿਹੜੀਆਂ ਨੀਤੀਆਂ ਨੇ ਉਹਦੇ ਤੋਂ ਪੰਜਾਬ ਦੇ ਲੋਕ ਬਹੁਤ ਦੁਖੀ ਨੇ ਇਸ ਕਰਕੇ ਮੇਰਾ ਨਹੀਂ خیال ਕਿ ਉਹਨੂੰ ਐਤ ਕੀ ਬਹੁਤਾ ਭਾਜਪੀ ਨੂੰ ਉੱਥੋਂ ਗਰਦਾਸਪੁਰ ਚੋਂ ਕੋਈ ਹੰਗਾਰਾ ਮਿਲਣਾ ਹੈ ਪੰਜਾਬ ਦੇ ਅੰਦਰ ਪੰਥਕ ਵੋਟ ਜਿਹੜੀ ਕਹਿੰਦੇ ਆ ਜਾਂ ਫਿਰ ਕਹਿ ਲੋ ਕਿ ਜਿਹੜੇ ਸਿੱਖਾਂ ਦੇ ਹਮਦਰਦ ਹੈ ਨੁਮਾਇੰਦੇ ਬਹੁਤ ਆਏ ਤੇ ਬਹੁਤ ਗਏ ਬਣਦੇ ਵੀ ਬਹੁਤ ਦਾਵਾ ਵੀ ਬਹੁਤ ਕਰਦੇ ਇਸ ਵਾਰੀ ਤਾਂ ਖੜੂਤ ਸਾਹਿਬ ਹਲਕਾ ਵੀ ਬੜਾ ਦਿਲਚਸਪ ਹੋਇਆ ਪਿਆ ਅਮਰਿਤਪਾਲ ਸਿੰਘ ਨੇ 14 ਦਾ ਐਲਾਨ ਕੀਤਾ ਚੋਣ ਦਾ ਹੁਣ ਜਿਨ੍ਹਾਂ ਨੇ ਤੁਹਾਡੇ ਨਾਲ ਮਿਲ ਕੇ ਤੁਸੀਂ ਜਿਨ੍ਹਾਂ ਨਾਲ ਮਿਲ ਕੇ ਚੋਣ ਲੜਨ ਜਾ ਰਹੇ ਹੋ ਉਹ ਤਾਂ ਕਹਿੰਦੇ ਅਸੀਂ ਆਪਣਾ ਉਮੀਦਵਾਰੀ ਆਪਸ ਲੈ ਲਾਂਗੇ ਸਾਰਿਆਂ ਦਾ ਤਾਲਮਿਲ ਬੈਠ ਜੂਗਾ ਕਿ ਇੱਕ ਦੂਜੇ ਨੂੰ ਲੱਗੂਗਾ ਕਿ ਉਹ ਫਲਾਣੇ ਦੀ ਨਾਲ ਇੱਕ ਵੱਡੀ ਹੋ ਜੇ ਪੰਥ ਘਲਕਿਆਂ ਚ ਕਿਤੇ ਉਹ ਨਾ ਵੱਡਾ ਆਗੂ ਬਣ ਜੇ ਇਹ ਤਾਂ ਨਹੀਂ ਲੜਾਈ ਬਣ ਜੂ ਤੁਹਾਡੀ ਆਪਸ ਚ ਦੇਖੋ ਪੰਥ ਚ ਇੱਕ ਬਹੁਤ ਵੱਡਾ ਖਲਾ ਹੈ ਜਿਹੜਾ ਵਕ ਵਕ ਤੇ ਰਾ ਜਿਹੜੀ ਆ ਉਹ ਪਰ ਪਿਛਲੇ ਲੰਬੇ ਸਮੇਂ ਤੋਂ ਉਹ ਪਰਨ ਦੀ ਕੋਸ਼ਿਸ਼ ਕਰ ਰਹੀਆਂ ਨੇ ਹੁਣ ਜਿਹੜੇ ਪੰਜਾਬ ਦੇ ਤੇ ਪੰਥ ਕਲਕੇ ਦੇ ਲੋਕ ਨੇ ਉਹ ਕਿਸੇ ਵੀ ਉਹ ਬੰਦੇ ਤੇ ਉਹਨਾਂ ਨੇ ਅਤਵਾਰ ਨਹੀਂ ਕਰਨਾ ਜਿਨਨੇ ਪੰਥ ਨੂੰ ਧੋਖਾ ਦਿੱਤਾ ਜਿਹਦੇ ਤੇ ਬੇਇਤفاقੀ ਹੈ ਕਿਉਂਕਿ ਬਹੁਤ ਵੱਡਾ ਪੰਥ ਨੇ ਅੱਗੇ ਪ੍ਰਕਾਸ਼ ਸਿੰਘ ਬਾਦਲ ਨੂੰ ਜੀ ਮਿਸਟਰ ਬਣਾ ਕੇ 15 ਸਾਲ ਦਾ ਰਾਜ ਦੇ ਕੇ ਤੇ ਇੱਕ ਧੋਖਾ ਖਾ ਲਿਆ ਇਸ ਕਰਕੇ ਪੰਥਕ ਜਿਹੜੇ ਹਲਕੇ ਨੇ ਉਹ ਬਹੁਤ ਸੋਚ ਸਮਝ ਕੇ ਜਿਹੜਾ ਉਹ ਕਿਸੇ ਵੀ ਕੈਂਡੀਡੇਟ ਤੇ ਜਾਂ ਕਿਸੇ ਵੀ ਪੰਥਕ ਆਗੂ ਤੇ ਵਿਸ਼ਵਾਸ ਕਰ ਰਹੇ ਨੇ ਬੜਾ ਫੂਕ ਫੂਕ ਕੇ ਉਹ ਦੇਖ ਰਹੇ ਨੇ ਤੇ ਮੈਂ ਸਮਝਦਾ ਵਾਂ ਕਿ ਲੋਕ ਬਹੁਤ ਸਿਆਣੇ ਹੋ ਗਏ ਨੇ ਇੰਟਰਨੈਟ ਦਾ ਯੁੱਗ ਹੈ ਹਰ ਬੰਦਾ ਜਿਹੜਾ ਹੈ ਉਹ ਲੀਡਰਾਂ ਬਾਰੇ ਜਾਣਦਾ ਹੈ ਜਿਹੜੀ ਹੁ ਨਵੀਂ ਲੀਡਰਸ਼ਿਪ ਇੱਕ ਪੰਜਾਬ ਚ ਅਕਾਲੀ ਦਲ ਦਾ ਤੇ ਆ ਇਹਦੇ ਤੋਂ ਲੋਕ ਸਵਾਦ ਬਾਦ ਭੋਗ ਪੈ ਜਾ ਨਹੀਂ ਇੱਕ ਨਵੀਂ ਲੀਡਰਸ਼ਿਪ ਜਿਹੜੀ ਹੈ ਉਹ ਪੰਜਾਬ ਚ ਉੱਠੇਗੀ ਤੇ ਜਿਹੜਾ ਪੰਥ ਚ ਲੰਬੇ ਸਮੇਂ ਤੋਂ ਖਲਾਇ ਉਹ ਭਰਿਆ ਜਾਏਗਾ ਪਰ ਬਿਲ ਮਿਰਸਾ ਸਿੰਘ ਬਲਟੋਹਾਰ ਗਿਆ ਆਗੂ ਤਾਂ ਤੁਸੀਂ ਵੀ ਸੁਣਿਆ ਹੋਏਗਾ ਉਹ ਕੀ ਕਹਿ ਰਹੇ ਉਹ ਕਹਿੰਦੇ ਕਿ ਅਮਰਤਪਾਲ ਚੋਣ ਲੜਨਾ ਆ ਰਿਹਾ ਠੀਕ ਹੈ ਉਹਨਾਂ ਤੇ ਇੱਕ ਸਾਲ ਹੋਇਆ ਜੇ ਐਨਐਸਏ ਲੱਗਿਆ ਉਹਨੂੰ ਸਾਡੇ ਤੇ ਵੀ ਮੀਸਾ ਰਕੇ ਐਕਟ ਲੱਗਦੇ ਰਹੇ ਐ ਐਨਐਸਏ ਸਾਡੇ ਤੇ ਵੀ ਲੱਗਦੀ ਰਹੀ ਐ ਅਸੀਂ ਤੇ ਆਪ ਜ਼ਿਲ੍ਹਾ ਕਟੀਆਂ ਅਸੀਂ ਕਿਹੜਾ ਉਹਨਾਂ ਨਾਲ ਘਟ ਐ ਪਰ ਜਿਹੜਾ ਵਿਰਸਾ ਸਿੰਘ ਵਲਟੋਆ ਨੇ ਜੇਲਾ ਕਟਿਆ ਤੇ ਉਹਨਾਂ ਨੇ ਬਾਦਲਾ ਦਾ 15 ਸਾਲ ਦਾ ਰਾਜ ਵੀ ਹੰਡਾ ਲਿਆ। ਉਹਨਾਂ ਨੇ ਜੋ ਦੇ ਰਾਜ ਚ ਮੈਨੂੰ ਕਹਿਣ ਦੀ ਕੋਈ ਜ਼ਰੂਰਤ ਨਹੀਂ ਵੀ ਵਿਰਸਾ ਸਿੰਘ ਵਲਟੋਆ ਉਹਨਾਂ ਨੇ ਕਿਸ ਤਰ੍ਹਾਂ ਜੋ ਵੀ ਕੀਤਾ ਏ ਪਰ ਉਹਦੇ ਚ ਉਹਨਾਂ ਨੇ ਜੇ ਉਹਨਾਂ ਨੇ ਜੇਲਾ ਕਟਿਆ ਨੇ ਤੇ ਪੰਜ ਸਾਲ ਪੰਥ ਨੇ ਉਹਨਾਂ ਨੂੰ 15 ਸਾਲ ਦਾ ਰਾਜ ਵੀ ਦਿੱਤਾ ਹੈ। ਪਰ ਹੁਣ ਤੁਹਾਨੂੰ ਕੀ ਲੱਗਦਾ ਹੈ ਪੂਰੇ ਪੰਜਾਬ ਦੀ ਕਿਉਂਕਿ ਇੱਕ ਆਖਰੀ ਸਵਾਲ ਹੈ ਕਿ ਪੰਜਾਬ ਦੀ ਸਿਆਸਤ ਵਿੱਚ ਤੁਹਾਨੂੰ ਉਮੀਦ ਬਈਦੀ ਹੈ ਕਿਤੇ ਕਿ ਹੁਣ ਸਾਰੀਆਂ ਸਿਆਸੀ ਤਰ੍ਹਾਂ ਤੋਂ ਮੋਹ ਭੰਗ ਹੋ ਗਿਆ ਇਸ ਕਰਕੇ ਅਸੀਂ ਸਾਰੇ ਜਿਹੜੇ ਮੈਦਾਨ 'ਚ ਆਏ ਹਾਂ ਉਹਨੂੰ ਅਸੀਂ 13 ਦੇ 13 ਅਸੀਂ ਜਾਵਾਂਗੇ ਕਿਉਂਕਿ ਸਾਰੇ 13 13 ਕਰੀ ਜਾਂਦੇ ਆ ਦੇਖੋ ਪੰਜਾਬ ਦੇ ਲੋਕ ਬੜੇ ਇਨਕਲਾਬੀ ਹੈ ਮਾਨ ਸਾਹਿਬ ਨੂੰ ਉਹਨਾਂ ਨੇ ਸੰਗਰੂਰ ਦੀ ਇਲੈਕਸ਼ਨ ਤੋਂ ਅਜੇ 2 ਮਹੀਨੇ ਬਾਅਦ ਹੀ ਮੇਰਾ ਖਿਆਲ ਸਰਕਾਰ ਬਣਨ ਤੋਂ 2 ਜਾਂ 3 ਮਹੀਨੇ ਬਾਅਦ ਮਾਨ ਸਾਹਿਬ ਨੂੰ ਜਿਤਾਤਾ ਸੀ ਪੰਜਾਬ ਦੇ ਲੋਕ ਬੜੇ ਸੋਝਵਾਨ ਤੇ ਇਨਕਲਾਬੀ ਐ ਜਦੋਂ ਆਮ ਆਦਮੀ ਪਾਰਟੀ ਨੂੰ ਸਾਰੇ ਦੇਸ਼ ਚ ਨਕਾਰਤਾ ਸੀ ਉਦੋਂ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ 3-4 ਸੀਟਾਂ ਜਿਹੜੀਆਂ ਨੇ ਉਦੋਂ ਦੇਤੀਆਂ ਸੀ 14 ਚ ਤੇ ਹੁਣ ਵੀ ਮੈਂ ਸਮਝਦਾ ਕਿ ਪੰਜਾਬ ਦੇ ਲੋਕ ਬਹੁਤ ਸੋਚ ਸਮਝ ਕੇ ਵੋਟ ਪਾਉਣਗੇ ਕਿਉਂਕਿ ਜਿਹੜੇ ਲੋਕ ਹਾਲਾਤ ਇਹੋ ਜੇ ਬਣ ਗਏ ਆ ਲੋਕ ਜਿਹੜੇ ਪੰਜਾਬ ਦੇ ਲੋਕ ਨੇ ਉਹਨਾਂ ਦਾ ਲੀਡਰਾਂ ਤੋਂ ਵਿਸ਼ਵਾਸ ਛੁੱਟ ਗਿਆ ਕਿਉਂਕਿ ਜਿਹੜੇ ਤਿੰਨ ਤਿੰਨ ਵਾਰ ਇੱਕ ਇੱਕ ਪਾਰਟੀ ਦੇ ਐਮਪੀ ਬਣ ਗਏ ਤੇ ਉਹਨਾਂ ਨੇ ਪਾਰਟੀ ਬਦਲਣ ਲੱਗਿਆ ਰਾਤੋਂ ਰਾਤ ਪਾਰਟੀਆਂ ਬਦਲ ਲਈ ਲਿਆ ਕੇਵਲ ਉਹਨਾਂ ਦਾ ਇੱਕ ਹੀ ਨਿਸ਼ਾਨਾ ਹੈ ਕਿ ਸਤਾਚ ਕਿਵੇਂ ਆਉਣਾ ਹੈ ਜਿਵੇਂ ਬਾਦਲ ਪਰਵਾਰ ਦਾ ਨਿਸ਼ਾਨਾ ਹੈ ਵੀ ਸਤਾਚ ਕਿਵੇਂ ਆਉਣਾ ਹੈ ਓਵੇਂ ਹੁਣ ਜਿਹੜੇ ਲੀਡਰ ਹੈ ਕੋਈ ਐਮਪੀ ਰਿਆ ਕੋਈ ਐਮਐਲ ਰਿਆ ਉਹਨਾਂ ਦਾ ਵੀ ਕੋਈ ਨਿਸ਼ਾਨਾ ਵੀ ਆਪਾਂ ਸਤਾਚ ਕਿਵੇਂ ਆਉਣਾ ਹੈ ਤੇ ਪੰਜਾਬ ਦੇ ਲੋਕ ਜਿਹੜੇ ਐ ਪਾਰਟੀਆਂ ਬਦਲ ਕੇ ਇੱਧਰ ਉੱਧਰ ਭੱਜ ਰਹੇ ਨੇ ਉਹਨਾਂ ਨੂੰ ਐ ਕਿ ਮੇਰਾ ਖਿਆਲ ਕਿ ਮੂੰਹ ਨਹੀਂ ਲਾਉਣਾ ਉਹਨਾਂ ਨੇ ਜੀ ਬਹੁਤ ਸ਼ੁਕਰੀਆ ਜੀ ਤੇ ਇਸਨ ਸਾਡੇ ਨਾਲ ਗੁਰਿੰਦਰ ਸਿੰਘ ਬਾਜਵਾ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨਾਲ ਮਿਲ ਕੇ ਆਪਣੀ ਪਾਰਟੀ ਦੇ ਵੱਲੋਂ ਹੀ ਮੈਦਾਨ ਚ ਉਤਰੇ ਨੇ ਹੁਣ ਦੇਖਦੇ ਆ ਕਿ ਗੁਰਦਾਸਪੁਰ ਦੇ ਲੋਕ ਇਹਨਾਂ ਨੂੰ ਕਿੰਨਾ ਹੰਗਾਰਾ ਦਿੰਦੇ ਨੇ ਤੇ ਕਿਸ ਦੇ ਹੱਕ ਵਿੱਚ ਵਧ ਭੁਗਦੇ ਨੇ 1 ਜੂਨ ਨੂੰ ਤੈਅ ਕਰਨਾ ਉਹਨਾਂ ਲੋਕਾਂ ਨੇ ਵੋਟਰਾਂ ਨੇ 4 ਜੂਨ ਨੂੰ ਨਤੀਜੇ ਸਾਹ ਦੇ ਸਾਹਮਣੇ ਹੋਣਗੇ ਕਿ ਕਿਸ ਨੂੰ ਕਿੰਨੀਆਂ ਸੀਟਾਂ ਪ੍ਰਾਪਤ ਹੋਈਆਂ ਕਿਸ ਨੂੰ ਕਿੰਨੀਆਂ ਵੋਟਾਂ ਮਿਲੀਆਂ ਫਿਲਹਾਲ ਇਸ ਮੁਲਾਕਾ ਚ ਐਨਾਈ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ এবੀਸੀ ਪੰਜਾਬ ਚੰਡੀਗੜ੍ਹ